ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸ਼ਰਣਾ ਨੇ ਬੀਤੇ ਦਿਨੀ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਸ਼ਮੂਲੀਅਤ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਨੂੰ ਛੇਵਾਂ ਤਖਤ ਐਲਾਨ ਕਰਨ ਦੀ ਗੱਲ ਕੀਤੀ ਹੈ। ਇਸ ਮੁੱਦੇ ਨੂੰ ਮੁੱਖ ਰੱਖ ਕੇ ਅੱਜ ਕੌਮ ਦੇ ਵਿੱਚ ਬਹੁਤ ਸਾਰੀ ਦੁਬਿਧਾ ਪੈਦਾ ਹੋ ਚੁੱਕੀ ਹੈ। ਵੱਖ ਵੱਖ ਜਥੇਬੰਦੀਆਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ, ਆਓ ਆਪਾਂ ਇਸ ਟੌਪਿਕ 'ਤੇ ਕੁਝ ਗੱਲਬਾਤ ਕਰਾਂਗੇ। ਫਤਿਹ ਪ੍ਰਵਾਨੋ ਜੀ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੁੱਦੇ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਵੱਲੋਂ ਆਗੂ ਸਾਹਿਬਾਨਾਂ ਵੱਲੋਂ ਆਪਣੇ ਆਪਣੇ ਵਿਚਾਰ ਦਿੱਤੇ ਗਏ ਨੇ, ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਪਣੇ ਵਿਚਾਰ ਦਿੱਤੇ ਨੇ, ਔਰ ਅੱਜ ਦੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ, ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ। ਮਨਜੀਤ ਸਿੰਘ ਸਿਰਸਾ ਨੇ ਆਪਣੇ ਵਿਚਾਰ ਰੱਖੇ ਨੇ, ਔਰ ਮਨਜੀਤ ਸਿੰਘ ਜੀ ਕੇ ਹੋਰ ਵੀ ਬਹੁਤ ਸਾਰੇ ਇੱਦਾਂ ਦੇ ਆਗੂਆਂ ਵੱਲੋਂ ਆਪਣੇ ਵਿਚਾਰ ਦਿੱਤੇ ਗਏ ਨੇ, ਪਰ ਉਹਨਾਂ ਨੇ ਵਿਚਾਰ ਦਿੰਦਿਆਂ ਹੋਇਆਂ ਇਸ ਗੱਲ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ ਕਿ ਕੋਈ ਵੀ ਬੰਦਾ ਨਿੱਜੀ ਤੌਰ 'ਤੇ ਇਹ ਫੈਸਲਾ ਨਹੀਂ ਲੈ ਸਕਦਾ। ਇਹ ਇੱਕ ਕੌਮ ਦਾ ਬਹੁਤ ਵੱਡਾ ਫੈਸਲਾ ਹੈ, ਕੋਈ ਘਰੇਲੂ ਮੁੱਦਾ ਨਹੀਂ ਜਿਸ ਨੂੰ ਇੱਕ ਬੰਦਾ ਹੀ ਨਜਿੱਠ ਸਕਦਾ ਹੋਵੇ, ਔਰ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ। ਹੁਣ ਜਿੱਥੇ ਇਹਨਾਂ ਇੱਦਾਂ ਦੇ ਆਗੂਆਂ ਵੱਲੋਂ ਨਿਖੇਧੀ ਕੀਤੀ ਗਈ ਹੈ, ਉੱਥੇ ਨਾਲ ਨਾਲ ਆਪਾਂ ਜਦੋਂ ਸੰਗਤ ਦੀ ਗੱਲ ਕਰਦੇ ਹਾਂ, ਅੱਜ ਦੇ ਟਾਈਮ 'ਤੇ ਸੋਸ਼ਲ ਮੀਡੀਆ 'ਤੇ ਆਪਾਂ ਵੇਖਦੇ ਹਾਂ ਵੀ ਵਟਸਐਪ ਦੇ ਉੱਤੇ, ਫੇਸਬੁੱਕ ਦੇ ਉੱਤੇ ਬਹੁਤ ਸਾਰੇ ਇੱਦਾਂ ਦੇ ਸੰਗਤ ਦੇ ਵਿੱਚੋਂ ਵੀਰਾਂ ਨੇ ਵੀ ਆਪਣੇ ਬਿਆਨ ਲਿਖ ਕੇ ਪਾਏ ਨੇ ਕਿ ਉਸ ਵੇਲੇ ਅਕਾਲ ਤਖ਼ਤ ਸਾਹਿਬ ਦਾ ਨਾਮ ਅਕਾਲ ਬੁੰਗਾ ਸੀ, ਜੋ 1606 ਈਸਵੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਨੀਂਹ ਪੱਥਰ ਰੱਖਿਆ, ਔਰ ਬਾਬਾ ਬੁੱਢਾ ਸਾਹਿਬ ਵਰਗੇ ਉਹਨਾਂ ਯੋਧਿਆਂ ਨੇ ਇਸ ਅਕਾਲ ਤਖ਼ਤ ਸਾਹਿਬ ਦੀ ਆਪ ਆਪਣੇ ਹੱਥਾਂ ਦੇ ਨਾਲ ਉਸਾਰੀ ਕਰਵਾਈ। ਪਰ ਕਿਤੇ ਨਾ ਕਿਤੇ ਚਾਰ ਤਖ਼ਤ ਬਣ ਜਾਣੇ, ਜੋ ਅੱਜ ਕੌਮ ਦੇ ਵਿੱਚ ਪੰਜ ਦਾ ਕਨਸੈਪਟ ਦੱਸਿਆ ਗਿਆ ਕਿ ਪੰਜ ਦਾ ਕਨਸੈਪਟ ਸਾਡੀ ਕੌਮ ਦੇ ਵਿੱਚ ਹੈ, ਪੰਜ ਕਕਾਰ ਨੇ, ਪੰਜ ਪਿਆਰੇ ਨੇ, ਪੰਜ ਤਖ਼ਤ ਨੇ, ਪੰਜ ਸਾਡੀਆਂ ਬਾਣੀਆਂ ਨੇ, ਇਸ ਲਈ ਹੁਣ ਛੇਵਾਂ ਤਖ਼ਤ ਬਣਾ ਕੇ ਕੌਮ ਦਾ ਇਹ ਕਨਸੈਪਟ ਹੈ ਇਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਇੱਕ ਬਹੁਤ ਵੱਡੀ ਸਾਜਿਸ਼ ਹੈ, ਪਰ ਸੰਗਤ ਵੱਲੋਂ ਵੀ ਬਹੁਤ ਸਾਰੇ ਇੱਦਾਂ ਦੇ ਸਵਾਲ ਹੁਣ ਖੜ੍ਹੇ ਕੀਤੇ ਜਾ ਰਹੇ ਨੇ ਇਸ ਮੁੱਦੇ ਨੂੰ ਲੈ ਕੇ ਕਿ ਅਕਾਲ ਤਖ਼ਤ ਦਾ ਪਹਿਲਾ ਨਾਮ ਅਕਾਲ ਬੁੰਗਾ ਸੀ, ਫਿਰ ਉਸ ਵੇਲੇ ਅਕਾਲ ਤਖ਼ਤ ਸਾਹਿਬ ਨਾਮ ਬਣਾ ਦਿੱਤਾ ਗਿਆ, ਨਾਮ ਪੈ ਗਿਆ, ਪਰ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਚਾਰ ਤਖ਼ਤ ਬਣ ਜਾਣੇ। ਉਹ ਚਾਰ ਤਖ਼ਤ ਕਿਉਂ ਬਣੇ, ਇਹ ਵੀ ਸੰਗਤ ਵੱਲੋਂ ਬਹੁਤ ਸਾਰੇ ਜਿਹੜੇ ਸਵਾਲ ਨੇ ਅੱਜ ਸੋਸ਼ਲ ਮੀਡੀਆ 'ਤੇ ਖੜ੍ਹੇ ਹੋ ਚੁੱਕੇ ਨੇ। ਪਰ ਇੱਥੇ ਜਦੋਂ ਆਪਾਂ ਅਕਾਲ ਦੀ ਗੱਲ ਕਰਦੇ ਹਾਂ, ਅਕਾਲ ਦਾ ਮਤਲਬ ਹੈ ਮੌਤ ਤੋਂ ਰਹਿਤ, ਕਾਲ ਤੋਂ ਰਹਿਤ, ਅਕਾਲ ਦਾ ਮਤਲਬ ਹੈ ਮੌਤ ਤੋਂ ਰਹਿਤ, ਪਰਮਾਤਮਾ ਦਾ ਆਪਣਾ ਸਿੰਘਾਸਨ ਜਿਹਨੂੰ ਆਪਾਂ ਅਕਾਲ ਤਖ਼ਤ ਸਾਹਿਬ ਕਹਿੰਦੇ ਹਾਂ। ਅਤੇ ਬਹੁਤ ਸੰਗਤ ਵੱਲੋਂ ਵੀ ਆਪਣੇ ਆਪਣੇ ਅੱਜ ਦੇ ਸਮੇਂ 'ਚ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ, ਇਹਦੇ ਵਿੱਚ ਮੈਂ ਆਪਣਾ ਕੋਈ ਵਿਊ ਨਹੀਂ ਦੇ ਰਿਹਾ। ਹਾਂ, ਇਹ ਇੱਕ ਕੌਮ ਦਾ ਬਹੁਤ ਵੱਡਾ ਔਰ ਇੱਕ ਗੰਭੀਰ ਮੁੱਦਾ ਹੈ, ਅਤੇ ਕੌਮ ਹੈ ਜਿਹੜੀ, ਪੰਥ ਹੈ ਜਿਹੜਾ, ਉਹ ਪੂਰਾ ਇਸ ਵਿਸ਼ੇ 'ਤੇ, ਇਸ ਮੁੱਦੇ 'ਤੇ ਫੈਸਲਾ ਆਪਣਾ ਸੁਣਾ ਸਕਦਾ, ਜਾਂ ਆਪਾਂ ਕਹਿ ਸਕਦੇ ਹਾਂ ਵੀ ਜਿਨ੍ਹਾਂ ਨੇ ਇਹ ਵਿਚਾਰ ਰੱਖੇ ਨੇ ਸਰਦਾਰ ਪਰਮਜੀਤ ਸਿੰਘ ਸ਼ਰਣਾ ਨੇ, ਉਹਨਾਂ ਨੇ ਕਿਹਾ ਵੀ ਐਲਾਨਿਆ ਜਾਣਾ ਚਾਹੀਦਾ ਨਨਕਾਣਾ ਸਾਹਿਬ ਨੂੰ ਛੇਵਾਂ ਤਖ਼ਤ। ਇਸ ਦੇ ਪਿੱਛੇ ਕੀ ਕਾਰਨ ਨੇ, ਕਿਉਂ ਉਹਨਾਂ ਨੇ ਇਹ ਗੱਲ ਦੁਹਰਾਈ ਹੈ, ਕਿਉਂ ਉਹਨਾਂ ਨੇ ਬਿਆਨ ਦਿੱਤੇ ਨੇ, ਜਾਂ ਉਹਨਾਂ ਤੋਂ ਜਾਣ ਸਕਦੇ ਹਾਂ, ਪਰ ਇਸ ਵੇਲੇ ਦੀ ਇਹ ਇੱਕ ਬਹੁਤ ਵੱਡੀ ਖਬਰ ਹੈ, ਬਹੁਤ ਵੱਡੀ ਨਿਊਜ਼ ਸਾਡੇ ਸਾਹਮਣੇ ਆਈ ਹੈ, ਜਿਹਨੂੰ ਕੌਮ ਦੇ ਵਿੱਚ ਵੱਖ ਵੱਖ ਜਿਹੜੇ ਵਿਦਵਾਨ ਨੇ, ਵੱਖ ਵੱਖ ਜਥੇਬੰਦੀਆਂ ਨੇ, ਔਰ ਸਮੁੱਚਾ ਪੰਥ ਹੈ ਜਿਹੜਾ, ਉਹ ਇਸ ਮੁੱਦੇ ਦੇ ਨਾਲ ਨਜਿੱਠ ਸਕਦਾ। ਇਹ ਕਿਸੇ ਇੱਕ ਬੰਦੇ ਦਾ, ਇੱਕ ਧਿਰ ਦਾ ਆਪਣਾ ਕੋਈ ਇੱਦਾਂ ਦਾ ਘਰੇਲੂ ਮੁੱਦਾ ਨਹੀਂ ਵੀ ਜਿਹਨੂੰ ਇੱਕ ਬੰਦਾ ਸੁਲਝਾ ਸਕਦਾ ਹੋਵੇ, ਪਰ ਆਪਾਂ ਵੇਖਦੇ ਹਾਂ ਵੀ ਕੌਮ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਦੁਬਿਧਾਵਾਂ ਨੇ ਜਿਹੜੀਆਂ ਪੈਦਾ ਕੀਤੀਆਂ ਜਾ ਰਹੀਆਂ ਨੇ, ਔਰ ਕੀ ਅੱਜ ਦੇ ਸਮੇਂ 'ਚ ਹੋਣਾ ਚਾਹੀਦਾ, ਇਹ ਸਾਡਾ ਜਿਹੜਾ ਆਪਣਾ ਪੰਥ ਹੈ, ਸਾਡੀ ਕੌਮ ਹੈ, ਉਹ ਹੀ ਇਸ ਗੱਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਨਜਿੱਠੇਗੀ। ਆਖਰ ਕੀ ਸਾਡੇ ਸਾਹਮਣੇ ਸੱਚ ਹੈ ਜਿਹੜਾ ਉਹ ਪੇਸ਼ ਹੁੰਦਾ, ਕੀ ਸਾਡੇ ਸਾਹਮਣੇ ਇਸ ਤੋਂ ਬਾਅਦ ਨਵੀਂ ਅਪਡੇਟ ਆਉਂਦੀ ਹੈ, ਇਹਦੇ ਬਾਰੇ ਆਪਾਂ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।